इस इंदिहासे में मैं हूं निम्रा ओजगुल। आज हम अपनी हंसी नहीं रोक पाएंगे, तो चलिए नाज़रीन देखते हैं आज के हादसे एशियन की तरफ से। अस्सलाम वालेकुम जी, बड़ी मेहरबानी, बहुत मेहरबानी जनाब। देखना जी, थोड़ी जी तालियां तो मुनासिब होंगी, जी बहुत तालियां होंगी तो मतलब बंदा अंडे से आउट होया, क्योंकि पता कोई नहीं होगा इज्जत और बिस्ती बड़ा थोड़ा जहा एवं फासला होंगे। इंज करके शॉट चुकी बंदे ने, छिका नहीं तो फड़िया गया। ठीक है, फिर जो हवा की गेंद बंदा दुआ करता फड़िया ना जाए। उत्तों क्रिकेट टीम साड़ी यहोजी है, हमेशा इन्हें दुआ मंगनी पैंती है। कई बार बंदा कहता बारिश हो जाए, लेकिन बारह काम ठीक ठूक रह जाता, इज्जत उज्जत रह जाती। जनाब दिलदार का भी सलाम कबूल करो, मैं जबीन का भी और फरा का भी। फरा बोलती है जी। अच्छा ठीक हो गया जी, मैं सानू खाता है जी। उन्होंने कहा जी ये कुड़ियाँ गूंगियां ने, मैं कह जी शुक्र करो गूंगियां ने, इस वास्ते कहते माँ प्यो के घर च रहा ने, जो इन्हें अगले घर जाने इन्हें दबान लग जानी, इन्होंने पूरे मुंडे ने सुनना की कह दी पी ਤੁਸੀਂ ਲਾਹੌਰ ਵਾਲੇ ਪੰਡ ਬੜੇ ਅਮੀਰ, ਤੁਸੀਂ ਕੋਠੀ ਕਿੱਥੇ ਪਵਾਈ? ਅਮਨਾਬਾਦ ਵੱਡੀ ਕੋਠੀ ਸਾਡੀ ਏ, ਉਹ ਹਰੇ ਰੰਗ ਦੀ ਨੀਲੇ ਰੰਗ ਦੀ ਜਿਹਨੂੰ ਲੀਰ ਦੀ ਕੁੰਡੀ ਵੱਜੀ। ਅੱਗੇ ਲੁਬਨਾਨ ਵਿੱਚ ਬੜੀ ਜੰਗ ਲੱਗੀ, ਪਾਕਿਸਤਾਨ ਨੇ ਡਾਕਟਰ ਕੱਲੇ, ਸਾਡੇ ਮੁਲਕ ਨੇ ਬੜੀ ਇਮਦਾਦ ਕੀਤੀ, ਇਹਨਾਂ ਦਵਾਈਆਂ ਕੱਲੀਆਂ, ਖੂਨ ਬੜਾ ਕੱਲਿਆ ਸਾਨੇ, ਅੱਧਾ ਖੂਨ ਲੁਬਨਾਨ ਵਾਲਿਆਂ ਰੱਖਿਆ ਤੇ ਅੱਧਾ ਰਿਸਰਚ ਕਰਨ ਲਈ ਵਾਪਸ ਕਰ ਦਿੱਤਾ। ਪਾਕਿਸਤਾਨ ਦਾ ਖੂਨ ਪਰਤਾਇਆ ਕਿਉਂ ਸਾਨੇ? ਕਹਿਣ ਲੱਗੇ ਨਹੀਂ ਚਾਹੀਦਾ ਇਹ ਖੂਨ। ਉਹ ਕਿਉਂ? ਜਿਹੜੇ ਬੰਦੇ ਨੂੰ ਲੱਗਾ ਰਿਸ਼ਵਤ ਲੈਣ ਦਾ। ਖੂਨ ਕਿਹੜੇ ਮਹਿਕਮੇ ਦਾ ਸੀ? ਵਾਪਟਾ ਵਾਲਿਆਂ ਦਾ। ਸਰੋਂ ਮੀਟਰ ਚੈੱਕ ਕਰਨ ਆਉਂਦੇ ਨੇ, ਜਾਂਦੀ ਵਾਰੀ ਬਲਬ ਲਾ ਲੈਂਦੇ ਨੇ। ਸ਼ਾਬਾਸ਼ੇ। ਉਹ ਤੋਂ ਬਾਅਦ ਅੱਲਾ ਤਾਲਾ ਨੇ ਕੁਰਾਨ ਮਜੀਦ ਇਰਸ਼ਾਦ ਫਰਮਾਇਆ ਜੀ, ਰੋਜ਼ ਮਾਸ਼ਰ ਨੂੰ ਮੈਂ ਹਰ ਇੱਕ ਨੂੰ ਬਖਸ਼ ਲੈਣਾ। ਬਖਸ਼ਲਾ ਤੇ ਮੈਂ ਚੋਰ ਨੂੰ ਬਖਸ਼ਲਾ, ਅਮਰੀਕਾ ਵੀ ਬਖਸ਼ਿਆ ਜਾਣਾ, ਲੰਡਨ ਵੀ ਬਖਸ਼ਿਆ ਜਾਣਾ, ਤੇ ਕਿਹੜੀ ਚੀਜ਼ ਨਹੀਂ ਬਖਸ਼ੀ ਜਾਣੀ? ਦੁਨੀਆ ਦੇ ਉੱਤੇ ਇੱਕੋ ਹੀ ਮੁਲਕ ਹੈ ਜਿਹਨੇ ਨਹੀਂ ਬਖਸ਼ਿਆ ਜਾਣਾ। ਉਹ ਕਿਹੜਾ ਮੁਲਕ ਹੈ? ਆ ਹਿੰਦੁਸਤਾਨ। ਕਾਹਦੇ ਤੋਂ? ਕਸ਼ਮੀਰੀਆਂ ਦੇ ਜ਼ੁਲਮ ਬੜਾ ਕਰਦਾ ਤੇ ਰੱਬ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ ਤੇ ਚੂਹਿਆਂ ਦੀ ਡਿਊਟੀ ਲਾ ਦਿੱਤੀ ਹੈ। ਇੱਕ ਅਬਰਾ ਹੁੰਦਾ ਸੀ ਅਰਬ ਦੇ ਵਿੱਚ, ਉਹਨੇ ਖਾਨੇ ਕਾਬੇ ਦੇ ਬਾਰੇ ਚ ਦਿਲ ਦੇ ਵਿੱਚ ਖਿਆਲ ਆਉਂਦਾ ਮੈਂ ਢਾ ਦਿਆਂ। ਬਿਲਕੁਲ ਸਹੀ ਹੈ। ਅੱਲਾਹ ਤਾਲਾ ਨੇ ਅਬਾਬੀਲਾਂ ਦੀ ਡਿਊਟੀ ਲਾ ਦਿੱਤੀ ਸੀ। ਬਿਲਕੁਲ ਸਹੀ ਹੈ। ਉਹਦੇ ਤੇ ਕੈਂਕਰਾਂ ਬਰਸਾਈਆਂ ਹਨ। ਬਿਲਕੁਲ ਸਹੀ ਹੈ। ਇੰਡੀਆ ਮੁਸਲਮਾਨਾਂ ਨੂੰ ਮਾਰਨ ਡਿਆ, ਮੁਸਲਮਾਨਾਂ ਦਾ ਦੁਸ਼ਮਣ ਹੈ। ਬਿਲਕੁਲ। ਉਹ ਚੂਹਿਆਂ ਦੀ ਡਿਊਟੀ ਰੱਬ ਲਾ ਦਿੱਤੀ, ਇਹਨਾਂ ਨੂੰ ਤਾਂ ਉਹ ਨਾ ਹੋ ਜਾਏ ਜੀ। ਨਾਜ਼ਰੀਨ ਤੋ ਕੈਸੇ ਲਗੇ ਹਮਾਰੇ ਆਜ ਕੇ ਹਾਸੇ? ਯਕੀਨਨ ਆਪਨੇ ਇੰਜੋਏ ਜ਼ਰੂਰ ਕੀਆ ਹੋਗਾ। ਤੋ ਮੁਝੇ ਅਗਲੇ ਪ੍ਰੋਗਰਾਮ ਤੱਕ ਕੇ ਲੀਏ ਦੇ ਇਜਾਜ਼ਤ, ਔਰ ਐਸੇ ਮਜ਼ੀਦ ਪ੍ਰੋਗਰਾਮਸ ਦੇਖਨੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਵੀਡੀਓ ਕੋ ਲਾਈਕ ਕਰਨਾ ਮਤ ਭੁਲੀਏਗਾ।